My dear friends, ਮੇਰੇ ਵੱਲੋਂ ਸਭ ਨੂੰ ਪਿਆਰ ਭਰਿਆ ਜੈ ਮਸੀਹ ਜੀ ਔਰ ਮੈਂ ਤੁਹਾਡਾ ਸਾਰਿਆਂ ਦਾ ਪਰਮੇਸ਼ਰ ਦੇ ਪਵਿੱਤਰ ਭਵਨ ਵਿੱਚ ਦ ਫੈਮਿਲੀ ਚਰਚ ਆਫ ਕ੍ਰਾਈਸਟ ਚਰਚ ਵਿੱਚ ਸਭ ਦਾ ਸਵਾਗਤ ਕਰਨਾ। ਮੈਂ ਪਾਸਟਰ ਅਭਿਸ਼ੇਕ ਮਸੀਹ ਜੋ ਗੁਰਦਾਸਪੁਰ ਪਿੰਡ ਵਿਲੇਜ ਤਿਬਰੀ ਵਿੱਚ ਪਰਮੇਸ਼ਰ ਦੀ ਸੇਵਾ ਕਰ ਰਿਹਾ ਹਾਂ ਔਰ ਜੋ ਪਰਮੇਸ਼ਰ ਮੇਰੇ ਨਾਲ ਬੀਤੇ ਦਾ ਨਾਮ ਵਿੱਚ ਆਪਣੇ ਵਚਨਾਂ ਵਿੱਚੋਂ ਗੱਲਬਾਤ ਕਰ ਰਿਹਾ ਸੀ, ਅੱਜ ਮੈਂ ਤੁਹਾਡੇ ਨਾਲ ਪਰਮੇਸ਼ਰ ਦੇ ਵਚਨਾਂ ਵਿੱਚੋਂ ਉਹ ਵਚਨ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਕੀ ਚਾਹੁੰਦਾ ਹੈ ਕਿ ਉਸ ਦੇ ਲੋਕ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਨ ਅਤੇ ਬੁਰੇ ਰਾਹਾਂ ਤੋਂ ਮੁੜ ਕੇ ਤੋਬਾ ਕਰਨ, ਬਪਤਿਸਮਾ ਲੈਣ ਤੇ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰਕੇ ਔਰ ਇਸ ਸਵਰਗ ਰਾਜ ਲਈ ਤਿਆਰ ਹੋਣ, ਲਗਾਤਾਰ ਸੰਗਤੀ ਕਰਨ, ਬਾਈਬਲ ਪੜ੍ਹਨ ਔਰ ਪ੍ਰਾਰਥਨਾ ਕਰਨ ਔਰ ਪਰਮੇਸ਼ਰ ਆਪਣੇ ਲੋਕਾਂ ਦੀ ਜ਼ਿੰਦਗੀ ਵਿੱਚ ਇਹ ਕੰਮ ਦੇਖਣਾ ਚਾਹੁੰਦਾ ਹੈ। ਪਰ ਇੱਕ ਵਾਰ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ ਕਿ ਮੇਰੇ ਹੁਕਮ ਤੇ ਮੇਰਾ ਨਿਆਂ ਜਿਹੜਾ ਤੁਹਾਡੇ ਉੱਤੇ ਆ ਰਿਹਾ ਹੈ ਕਿਉਂਕਿ ਤੁਸੀਂ ਕੀ ਕੀਤਾ ਹੈ, ਮੇਰੇ ਵਿਰੁੱਧ ਪਾਪ ਕੀਤਾ ਹੈ। ਪਰ ਇੱਕ ਵਾਰੀ ਜਦੋਂ ਸਾਡੇ ਸਾਰੇ ਪਾਪ ਪਰਮੇਸ਼ਰ ਦੇ ਦੁਆਰਾ ਮਾਫ ਕੀਤੇ ਜਾਂਦੇ ਨੇ, ਜਿੰਨੀਆਂ ਰੁਕਾਵਟਾਂ, ਜਿੰਨੀਆਂ ਵੀ ਪ੍ਰੋਬਲਮਾਂ, ਜਿੰਨੀਆਂ ਬਿਮਾਰੀਆਂ ਸਾਡੀ ਜ਼ਿੰਦਗੀ ਵਿੱਚ ਜਾਂ ਸਾਡੇ ਰਾਹਾਂ ਵਿੱਚ ਖੜੀਆਂ ਰੁਕਾਵਟਾਂ ਹੁੰਦੀਆਂ ਨੇ, ਪਰਮੇਸ਼ਰ ਉਹਨਾਂ ਰੁਕਾਵਟਾਂ ਨੂੰ ਹਟਾ ਦਿੰਦਾ, ਸਾਡੀ ਜ਼ਿੰਦਗੀ ਵਿੱਚ ਸਾਰੀ ਬਿਮਾਰੀਆਂ ਨੂੰ ਖਤਮ ਕਰ ਦਿੰਦਾ, ਸਾਡੇ ਘਰਾਂ ਵਿੱਚ ਸ਼ਾਂਤੀ ਦਿੰਦਾ, ਸਾਨੂੰ ਬਰਕਤਾਂ ਨਾਲ ਭਰਪੂਰ ਕਰਦਾ। ਪਰ ਪਰਮੇਸ਼ਰ ਕੀ ਚਾਹੁੰਦਾ ਹੈ, ਸਭ ਤੋਂ ਪਹਿਲਾਂ ਅਸੀਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰੀਏ ਤੇ ਬੁਰੇ ਰਾਹਾਂ ਤੋਂ ਕੀ ਕਰੀਏ, ਮੁੜੀਏ। ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਜਬੂਰਾਂ ਦੀ ਪੋਥੀ 103 ਜਬੂਰ ਐਕਟ 3 ਦੇ ਵਿੱਚ ਪਰਮੇਸ਼ਰ ਕਹਿੰਦਾ ਹੈ ਕਿ ਪਰਮੇਸ਼ਰ ਸਾਡੇ ਸਾਰਿਆਂ ਪਾਪਾਂ ਨੂੰ ਕੀ ਕਰਦਾ ਹੈ, ਮਾਫ ਕਰਦਾ ਹੈ। ਪਰਮੇਸ਼ਰ ਸਾਡੇ ਸਾਰਿਆਂ ਪਾਪਾਂ ਨੂੰ ਕੀ ਕਰਦਾ ਹੈ, ਮਾਫ ਕਰਦਾ ਹੈ। ਇੱਕ ਵਾਰੀ ਜਦੋਂ ਪਰਮੇਸ਼ਰ ਤੁਹਾਡੇ ਮੇਰੇ ਸਾਰਿਆਂ ਦੇ ਪਾਪਾਂ ਨੂੰ ਮਾਫ ਕਰਦਾ ਹੈ, ਉਹ ਜਿੰਨੀਆਂ ਰੁਕਾਵਟਾਂ, ਜਿੰਨੀਆਂ ਪ੍ਰੋਬਲਮਾਂ ਘਰਾਂ ਵਿੱਚ ਹੁੰਦੀਆਂ ਨੇ, ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਸਾਡੇ ਘਰਾਂ ਵਿੱਚ ਕੀ ਕਰਦਾ, ਖਤਮ ਕਰ ਦਿੰਦਾ ਹੈ। ਪਰਮੇਸ਼ਰ ਦੇ ਬਚਨ ਚ ਲਿਖਿਆ ਹੈ ਲੂਕਾ ਦੀ ਅੰਜੀਰ 7 ਬਾਪ ਔਰ 48 ਐਪ ਦੇ ਵਿੱਚ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਿ ਪਾਪਨ ਔਰ ਜਿਸਮ ਸੀ ਕੋਲ ਆਈ ਔਰ ਆਪਣੇ ਪਾਪਾਂ ਦੇ ਲਈ ਜਿਸਮ ਸੀ ਅੱਗੇ ਰੋਣ ਲੱਗੀ, ਰੋਣ ਲੱਗੀ ਔਰ ਅਥਰੂ ਕਰੇ ਜਸਮ ਸਿੰਘ ਦੇ ਪੈਰਾਂ ਉੱਤੇ ਡਿੱਗੀ। ਔਰ ਜਦੋਂ ਉਹਨੇ ਵੇਖਿਆ ਕਿ ਜਸਮ ਸਿੰਘ ਦੇ ਪੈਰਾਂ ਦੇ ਉੱਤੇ ਅਥਰੂ ਡਿੱਗਿਆ, ਉਹਨੇ ਆਪਣੇ ਵਾਲਾਂ ਦੇ ਨਾਲ ਕੀ ਕੀਤਾ, ਆਪਣੇ ਅਥਰੂਆਂ ਨੂੰ ਜਸਮ ਸਿੰਘ ਦੇ ਪੈਰਾਂ ਨੂੰ ਕੀ ਕੀਤਾ, ਗੂੰਜ ਦਿੱਤਾ, ਸਾਫ਼ ਕਰ ਦਿੱਤਾ ਔਰ ਉਹਨੇ ਆਪਣੇ ਆਪ ਨੂੰ ਜਸਮ ਸਿੰਘ ਅੱਗੇ ਕੀ ਕੀਤਾ, ਹੰਬਲ ਕੀਤਾ ਔਰ ਆਪਣੇ ਪਾਪਾਂ ਦਾ ਪਸ਼ਚਾਤਾਪ ਕੀਤਾ ਔਰ ਉਹ ਰੋਣ ਲੱਗੀ ਔਰ ਆਪਣੇ ਪਾਪਾਂ ਦੇ ਬਦਲੇ, ਪਾਪਾਂ ਦੇ ਲਈ, ਆਪਣੀ ਬਦੀਆਂ ਦੇ ਲਈ ਯਿਸੂ ਮਸੀਹ ਅੱਗੇ ਰੋਣ ਲੱਗੀ। ਜਾਂ ਯਿਸੂ ਮਸੀਹ ਨੇ ਉਸ ਔਰਤ ਵੱਲ ਦੇਖਿਆ ਔਰ ਪਰਮੇਸ਼ਰ ਦੇ ਬਚਨ ਕਹਿੰਦਾ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਾ ਤੇਰੇ ਪਾਪ ਕੀਤੇ ਮਾਫ ਹੋਏ। ਪ੍ਰਭੂ ਯਿਸੂ ਮਸੀਹ ਕਹਿੰਦਾ ਜਾ ਤੇਰੇ ਪਾਪ ਕੀ ਹੋਏ, ਮਾਫ ਹੋਏ। ਅੱਜ ਭੈਣ ਭਰਾ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਸਾਨੂੰ ਦੁਖੀ ਹੋਣ ਦੀ ਜ਼ਰੂਰਤ ਨਹੀਂ। ਅੱਜ ਪ੍ਰਭੂ ਯਿਸੂ ਮਸੀਹ ਸਾਡੇ ਕੋਲ ਆ ਰਿਹਾ ਹੈ, ਪਰਮੇਸ਼ਰ ਆਪਣੇ ਦਸ ਰਹੀ ਆਪਣੇ ਲੋਕਾਂ ਰਾਹੀਂ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ। ਅੱਜ ਸਾਨੂੰ ਇਸ ਭੈਣ ਦੇ ਤਰ੍ਹਾਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਨ ਦੀ ਜ਼ਰੂਰਤ ਹੈ, ਸਾਨੂੰ ਆਪਣੇ ਬੁਰੇ ਰਾਹਾਂ ਤੋਂ ਮੁੜਨ ਦੀ ਜ਼ਰੂਰਤ ਹੈ। ਇੱਕ ਵਾਰੀ ਜਦੋਂ ਯਿਸੂ ਮਸੀਹ ਸਾਡੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ, ਜਿੰਨੀਆਂ ਰੁਕਾਵਟਾਂ, ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਬਿਮਾਰੀਆਂ ਸਾਡੀ ਜ਼ਿੰਦਗੀ ਵਿੱਚ ਹੁੰਦੀਆਂ ਨੇ, ਪਰਮੇਸ਼ਰ ਉਹਨਾਂ ਨੂੰ ਹਟਾ ਦਿੰਦਾ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਕੋਈ ਪਵਿੱਤਰ ਨਹੀਂ, No one is holy. ਔਰ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਰੋਮੀਆਂ ਦੀ ਕਿਤਾਬ 3:3 ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਸਭ ਨੇ ਪਾਪ ਕੀਤਾ, ਸਭ ਨੇ ਪਾਪ ਕੀਤਾ, all have sinned against God and come short of glory of God. ਪਰ ਪ੍ਰਭੂ ਯਿਸੂ ਮਸੀਹ ਅੱਜ ਸਾਡੇ ਕੋਲ ਆ ਰਿਹਾ ਹੈ ਵਚਨ ਦੇ ਦੁਆਰਾ, ਆਪਣੇ ਦਾਸਾਂ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ। ਪਰਮੇਸ਼ਰ ਸਾਡੇ ਪਾਪਾਂ ਨੂੰ ਅੱਜ ਮਾਫ ਕਰਨਾ ਚਾਹੁੰਦਾ, ਇਸ ਲਈ ਸਾਡਾ ਦਿਲ ਦੁਖੀ ਨਾ ਹੋਏ, ਅਸੀਂ ਘਬਰਾਈਏ ਨਾ, ਵਹਿਮਾਂ ਭਰਮਾਂ ਵਿੱਚ ਨਾ ਪੈ ਜਾਈਏ, ਪਰ ਅੱਜ ਯਿਸੂ ਮਸੀਹ ਕੋਲ ਆਈਏ, ਆਪਣੇ ਪਾਪਾਂ ਦਾ ਪਸ਼ਚਾਤਾਪ ਕਰੀਏ ਤਾਂ ਕਿ ਪਰਮੇਸ਼ਰ ਸਾਡੇ ਪਾਪਾਂ ਨੂੰ ਕੀ ਕਰਦੇ, ਮਾਫ ਕਰਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਈਬਲ ਦੇ ਮੁਤਾਬਕ ਅਸੀਂ ਕਿਹੜੇ ਕਿਹੜੇ ਪਾਪ ਪ੍ਰਭੂ ਯਿਸੂ ਮਸੀਹ ਦੇ ਵਿਰੋਧ ਕਰਦੇ ਹਾਂ ਜਾਂ ਬਾਈਬਲ ਦੇ ਵਿਰੋਧ ਕਰਦੇ ਹਾਂ। ਪਰਮੇਸ਼ਰ ਦੇ ਵਚਨ ਚ ਲਿਖਿਆ